ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੁੱਧਵਾਰ ਨੂੰ ਆਪਾਂ ਕੋਵਿਡ ਦੀ ਸਥਿਤੀ ਤਰਨਤਾਰਨ ਜ਼ਿਲ੍ਹੇ 'ਚ ਕੀ ਹੈ ਉਹਦੇ ਬਾਰੇ ਗੱਲ ਕਰਦੇ ਹੁੰਦੇ ਹਾਂ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਇਹ ਹੈ ਕਿ ਕੱਲ੍ਹ ਤੋਂ ਬਾਅਦ ਜਾਣੀ ਕਿ 15 ਅਕਤੂਬਰ ਤੋਂ ਬਾਅਦ ਸਕੂਲਸ ਖੁੱਲ੍ਹਣੇ ਆ ਅਤੇ ਕੁਛ ਹੋਰ ਸੰਸਥਾਵਾਂ ਵੀ ਜਿਹੜਾ ਆਪਣੀ ਅਨਲੋਕ ਦੀ ਪ੍ਰਕਿਰਿਆ ਚੱਲ ਰਹੀ ਹੈ ਉਹਦੇ ਵਿੱਚ ਹੋਰ ਕੀ ਖੁੱਲ੍ਹ ਗਿਆ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਕੱਲ੍ਹ ਤੋਂ ਬਾਅਦ ਕੁਛ ਸਕੂਲਸ ਅਤੇ ਕੋਚਿੰਗ ਇੰਸਟੀਟਿਊਸ਼ਨਸ ਖੁੱਲ੍ਹਣੇ ਆ, ਉਹਨਾਂ ਦੇ ਵਿੱਚ ਕੀ ਪ੍ਰੋਵੀਜ਼ਨ ਰੱਖੀ ਗਈ ਹੈ। ਇੱਕ ਤਾਂ ਸਰਕਾਰ ਇਹ ਚਾਹੁੰਦੀ ਹੈ ਕਿ ਔਨਲਾਈਨ ਮੋਡ ਆਫ ਐਜੂਕੇਸ਼ਨ ਜਿਹੜਾ ਉਹ ਅਜੇ ਵੀ ਪ੍ਰੈਫਰਡ ਮੋਡ 12ਵੀਂ ਤੱਕ ਦੀਆਂ ਕਲਾਸਾਂ ਲਈ ਹੁਣ ਸਕੂਲ ਖੁੱਲ੍ਹਣਗੇ। ਇਸ ਸਕੂਲ ਖੁੱਲ੍ਹਣ ਦਾ ਅਰਥ ਇਹ ਨਹੀਂ ਹੋਏਗਾ ਕਿ ਬੱਚਿਆਂ ਦੀ ਹਾਜ਼ਰੀ ਕੰਪਲਸਰੀ ਕੀਤੀ, ਕੰਸੈਂਟ ਲੈਣੀ ਜ਼ਰੂਰੀ ਹੋਏਗੀ ਅਤੇ ਹਾਜ਼ਰੀ ਕੰਪਲਸਰੀ ਨਹੀਂ ਹੋਏਗੀ। ਜੇ ਕੋਈ ਨਹੀਂ ਆਉਣਾ ਚਾਹੇਗਾ ਤਾਂ ਉਹ ਔਨਲਾਈਨ ਅਤੇ ਪਹਿਲਾਂ ਦੀ ਤਰ੍ਹਾਂ ਚੱਲ। ਇਹਦੇ ਨਾਲ ਨਾਲ ਸਕੂਲਾਂ ਵਾਲਿਆਂ ਨੂੰ ਜਿਹੜਾ ਸਕੂਲ ਐਜੂਕੇਸ਼ਨ ਵਿਭਾਗ ਤੋਂ ਹਦਾਇਤਾਂ ਜਾਂ SOP ਉਹਦੀ ਪਾਲਣਾ ਕਰਨੀ ਪਵੇਗੀ। ਇਸੇ ਤਰੀਕੇ ਨਾਲ ਜਿਹੜੇ ਹਾਇਰ ਐਜੂਕੇਸ਼ਨ ਦੀਆਂ ਕਲਾਸਿਸ ਨੇ, PhD ਵਗੈਰਾ, ਜਿਨ੍ਹਾਂ ਦੇ ਵਿੱਚ ਐਕਸਪੈਰੀਮੈਂਟਲ ਵਰਕ ਹੁੰਦਾ ਜਾਂ ਲੈਬ ਦਾ ਵਰਕ ਹੁੰਦਾ, ਉਹਨਾਂ ਨੂੰ ਵੀ ਉਹਨਾਂ ਹੀ ਹਦਾਇਤਾਂ ਦੇ ਮੱਦੇ ਓਪਨ ਕੀਤਾ ਗਿਆ। ਉਹਦੇ ਵਿੱਚ ਵੀ ਉਹੀ SOPs ਲੱਗਣਗੇ। ਅਤੇ ਇਸੇ ਤਰੀਕੇ ਨਾਲ ਸਵਿਮਿੰਗ ਪੂਲ ਜਿੱਥੇ ਸਪੋਰਟਸ ਪਰਸਨ ਪ੍ਰੈਕਟਿਸ ਵਗੈਰਾ ਕਰਦੇ ਨੇ ਉਹ ਵੀ ਕੱਲ੍ਹ ਤੋਂ ਬਾਅਦ ਖੁੱਲ੍ਹ ਜਾਣਗੇ। ਬਟ ਉੱਥੇ ਵੀ ਜਿਹੜਾ ਯੁਵਕ ਸੇਵਾਵਾਂ ਬਾਰੇ ਮੰਤਰਾਲਾ, ਖੇਡਾਂ ਵਾਲਾ ਮੰਤਰਾਲਾ, ਉੱਥੋਂ ਜਿਹੜੀਆਂ ਹਦਾਇਤਾਂ, ਜਿਹੜਾ SOP ਆਏਗਾ ਉਹਦੀ ਪਾਲਣਾ ਕਰਨੀ ਜ਼ਰੂਰੀ ਹੋਏਗੀ। ਇਸੇ ਤਰੀਕੇ ਨਾਲ ਸਮਾਜਿਕ, ਅਕੈਡਮਿਕ, ਕੋਈ ਖੇਡਾਂ ਵਾਲੀਆਂ, ਐਂਟਰਟੇਨਮੈਂਟ ਦੀਆਂ ਜਾਂ ਸੱਭਿਆਚਾਰਕ ਜਾਂ ਪੋਲੀਟੀਕਲ, ਧਾਰਮਿਕ ਕੋਈ ਇਕੱਠ ਸੀ ਉਹਨਾਂ ਦੀ ਹੁਣ ਪਰਮਿਸ਼ਨ 100 ਬੰਦਿਆਂ ਤੱਕ ਦੇ ਇਕੱਠ ਤੱਕ ਵਧਾ ਦਿੱਤੀ ਗਈ ਹੈ। ਕੰਟੇਨਮੈਂਟ ਜ਼ੋਨ ਤੋਂ ਬਾਹਰ ਹੋਣਗੇ ਇੱਕ ਤਾਂ ਇਹ ਇਕੱਠ। ਜੇ ਕੋਈ ਫੰਕਸ਼ਨ ਕਲੋਜ਼ਡ ਸਪੇਸ ਦੇ ਵਿੱਚ ਹੁੰਦਾ ਹੈ, ਜਿਵੇਂ ਮੈਰਿਜ ਪੈਲਸ ਦੇ ਵਿੱਚ ਜਾਂ ਹਾਲ ਦੇ ਵਿੱਚ ਹੁੰਦਾ, ਤਾਂ ਉੱਥੇ 50% ਕਪੈਸਿਟੀ ਜਿਹੜੀ ਸੀਟਿੰਗ ਦੀ ਆ ਉੱਥੋਂ ਤੱਕ ਦਾ ਇਕੱਠ ਹੋ ਸਕਦਾ, ਔਰ ਉਹ ਵੀ ਵੱਧ ਤੋਂ ਵੱਧ 200 ਜਣੇ ਦਾ ਹੋ ਸਕਦਾ। ਮੰਨ ਲਓ ਕਿਸੇ ਹਾਲ ਦੀ ਕਪੈਸਿਟੀ ਜਿਹੜੀ ਆ ਉਹ 300 ਦੀ ਹੈ, ਤਾਂ ਉੱਥੇ ਉਹਦਾ 50% 150 ਦਾ ਇਕੱਠ ਹੀ ਹੋ ਸਕਦਾ ਹੈ, ਤਾਂ ਉੱਥੇ 200 ਦਾ ਇਕੱਠ ਹੋ ਸਕਦਾ। ਜੇ 500 ਦੀ ਕਪੈਸਿਟੀ ਹੈ ਤਾਂ ਵੀ 200 ਦਾ ਹੀ ਹੋ ਸਕਦਾ, ਮਤਲਬ 200 ਤੋਂ ਵੱਧ ਕਿਸੇ ਕੇਸ ਦੇ ਵਿੱਚ ਨਹੀਂ ਹੋ ਸਕਦਾ। ਇੱਥੇ ਇਹ ਸਾਰੀਆਂ ਗੱਲਾਂ ਦੇ ਵਿੱਚ ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਤੇ ਹੈਂਡ ਵਾਸ਼, ਸੈਨੀਟਾਈਜੇਸ਼ਨ ਦੇ ਜਿੰਨੇ ਵੀ ਦੀ ਅਸੀਂ ਪਾਲਣਾ ਕਰਨੀ, ਹਦਾਇਤਾਂ ਫੋਨ ਸਕੂਲਾਂ ਵਾਲੀਆਂ ਬੱਸਾਂ ਜੀ ਗੱਲ ਹੈਗੀ ਆ। ਜੇ ਬੱਚੇ ਸਕੂਲ ਦੇ ਵਿੱਚ ਆਉਣੇ ਸ਼ੁਰੂ ਕਰ ਦੇਣਗੇ ਤਾਂ ਉਹਨਾਂ ਨੂੰ ਕਿਸੇ ਤਰੀਕੇ ਲਿਆਉਣਾ ਪਏਗਾ, ਜਿਵੇਂ ਸਕੂਲ ਪਹਿਲਾਂ ਲੈ ਕੇ ਆਉਂਦੇ ਸੀ। ਜੇ ਉਹਨਾਂ ਦੇ ਪੇਰੈਂਟਸ ਨੇ ਹਾਮੀ ਭਰ ਦਿੱਤੀ ਹੈ ਲਿਖਤੀ ਰੂਪ ਦੇ ਵਿੱਚ ਤਾਂ ਉਹ ਬੱਚੇ ਆਉਣਗੇ, ਉਹ ਉਹਨਾਂ ਹੀ ਬੱਸਾਂ ਦੇ ਥਰੂ ਆਉਣਗੇ। ਇਸ ਕਰਕੇ ਬੱਸਾਂ ਨੂੰ, ਸਕੂਲ ਬੱਸ ਨੂੰ ਚੱਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਏਗੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕਰੋਨਾ ਦੀ ਕੀ ਸਥਿਤੀ ਹੈ। ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ 55 ਹੁਣ ਤੱਕ ਸ਼ੱਕੀ ਮਰੀਜ਼ਾਂ ਦੇ ਸੈਂਪਲਸ ਲਏ ਗਏ ਸੀ, ਜਿਨ੍ਹਾਂ ਦੇ ਵਿੱਚੋਂ 52,799 ਨੈਗੇਟਿਵ ਆਏ ਸੀ, 18 ਪੋਜ਼ਿਟਿਵ ਪਾਏ ਗਏ ਸੀ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਠੀਕ ਹੋ ਕੇ ਘਰਾਂ ਨੂੰ ਚਲੇ ਗਏ। ਅਤੇ ਇਸ ਟਾਈਮ 'ਤੇ ਸਾਡੇ ਕੋਲ 227 ਜਣੇ ਐਕਟਿਵ ਕੇਸਿਸ ਹੈਗੇ ਨੇ ਪੋਜ਼ਿਟਿਵ, ਜਿਨ੍ਹਾਂ ਦੇ ਵਿੱਚੋਂ ਵੀ 182 ਜਣੇ ਸਾਡੇ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਅਤੇ 5 ਜਣੇ ਆਪਣੇ ਸਿਵਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ। ਇਸ ਤੋਂ ਬਿਨਾਂ ਥੋੜ੍ਹੇ ਜਿਹੇ ਹੋਰ ਜਣੇ ਹਸਪਤਾਲਾਂ ਦੇ ਵਿੱਚ ਇਲਾਜ ਕਰ ਰਹੇ ਨੇ।
ਹੁਣ ਹੋਮ ਆਈਸੋਲੇਸ਼ਨ ਕਾਫੀ ਆਸਾਨ ਹੋ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਫਤਿਹ ਕਿੱਟ ਵੀ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਸਾਰੀਆਂ ਆਈਟਮਸ ਹੈਗੀਆਂ ਨੇਗੀਆਂ ਜਿਹੜੀਆਂ ਹੋਮ ਆਈਸੋਲੇਸ਼ਨ ਇਸ ਬਿਮਾਰੀ ਨਾਲ ਲੜਨ ਦੇ ਵਿੱਚ ਸਹਾਇਤਾ ਕਰਦੀਆਂ ਨੇ। ਦੋਸਤੋ ਚਾਹੇ ਅਸੀਂ ਹੁਣ ਇਹ ਕੋਵਿਡ ਦੇ ਦੌਰਾਨ ਜੋ ਪੀਕ ਆਈ ਸੀ ਉਸ ਨੂੰ ਲੰਘ ਚੁੱਕੇ ਹਾਂ, ਹੁਣ ਸਾਡੇ ਇੱਥੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ, ਪਰ ਤਾਂ ਵੀ ਸਾਨੂੰ ਉਹ ਸਾਰੀ ਜਿਹੜੀਆਂ ਹਦਾਇਤਾਂ ਆਈਆਂ ਸੀ ਉਹਨਾਂ ਦੀ ਪਾਲਣਾ ਕਰਨੀ ਪੈਗੀ, ਜਿਵੇਂ ਆਪਾਂ ਵਾਰ ਵਾਰ ਕਹਿੰਦੇ ਰਹੇ ਹਾਂ, ਅਤੇ ਉਸ ਤੋਂ ਅਜੇ ਵੀ ਆਪਾਂ ਅਵੇਸਲੇ ਨਾ ਹੋਈਏ। ਹਾਲਾਂਕਿ ਹੁਣ ਪੋਜ਼ਿਟਿਵਿਟੀ ਰੇਟ ਆਪਣੇ ਕਾਫੀ ਘੱਟ ਹੈਗੀ ਹੈ। ਇਸ ਤੋਂ ਬਾਅਦ ਜੇ ਮੈਂ ਇੱਕ ਹੋਰ ਜ਼ਰੂਰੀ ਮੁੱਦੇ 'ਤੇ ਗੱਲ ਕਰਾਂ ਤਾਂ ਉਹ ਇਹ ਹੈ ਕਿ ਪਰਾਲੀ ਦਾ ਪ੍ਰਬੰਧਨ, ਜਿਹੜੀ ਝੋਨੇ ਦੀ ਰਹਿੰਦ ਖੂੰਹਦ ਹੈ ਉਸਨੂੰ, ਉਸ ਸਮੱਸਿਆ ਨਾਲ ਅਸੀਂ ਕਿਵੇਂ ਨਜਿੱਠਣਾ। ਹੁਣੇ ਮੈਂ ਖੇਮ ਕਰਨ ਦੇ ਏਰੀਏ 'ਚ ਗਿਆ ਸੀ, ਮੈਂ ਭਿੱਖੀ ਪਿੰਡ ਦੇ ਏਰੀਏ 'ਚ ਗਿਆ ਸੀਗਾ, ਕਾਫੀ ਜਗ੍ਹਾ 'ਤੇ ਆਉਂਦੇ ਜਾਂਦੇ ਮੈਂ ਦੇਖਿਆ ਕਿ ਇਹਨੂੰ ਫਸਲ ਦੇ ਨਾੜ ਨੂੰ ਅੱਗ ਲੱਗੀ ਹੋਈ ਹੈ। ਉਹਨਾਂ 'ਤੇ ਚਲੋ ਬਣਦੀ ਕਾਰਵਾਈ ਤਾਂ ਕੀਤੀ ਜਾਏਗੀ, ਪਰ ਇਹਦੇ ਨਾਲ ਨਾਲ ਮੈਂ ਅੱਜ ਜਿਸ ਫੰਕਸ਼ਨ ਦੇ ਵਿੱਚ ਗਿਆ ਸੀ ਉੱਥੇ ਕਾਫੀ ਕਿਸਾਨਾਂ ਦਾ ਇਕੱਠ ਸੀ, 8-10 ਪਿੰਡਾਂ ਦੇ ਕਿਸਾਨ ਆਏ ਸੀ, ਔਰ ਉਹਨਾਂ ਸਾਰਿਆਂ ਨੇ ਉੱਥੇ ਹਾਮੀ ਭਰੀ ਕਿ ਅਸੀਂ ਇਹ ਮਹਿਕਮੇ ਨਾਲ, ਖੇਤੀਬਾੜੀ ਮਹਿਕਮੇ ਦੀਆਂ ਹਦਾਇਤਾਂ ਨਾਲ, ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹਾਂ ਅਤੇ ਅਸੀਂ ਅੱਗ ਨਹੀਂ ਲਗਾਵਾਂਗੇ। ਤਾਂ ਮੈਨੂੰ ਤੁਹਾਡੇ ਸਾਰਿਆਂ 'ਤੇ ਯਕੀਨ ਹੈ ਕਿ ਆਪਾਂ ਇਸ ਸਮੱਸਿਆ 'ਤੇ ਜ਼ਰੂਰ ਕਾਬੂ ਪਾਵਾਂਗੇ, ਔਰ ਪੰਜਾਬ ਸਰਕਾਰ ਵੱਲੋਂ ਇਸ ਕੰਮ ਲਈ ਇੰਨੀਆਂ ਸਾਰੀਆਂ ਮਸ਼ੀਨਾਂ, ਜਿਵੇਂ 1000 ਤੋਂ ਉੱਪਰ ਮਸ਼ੀਨਾਂ ਅਸੀਂ ਇੱਥੇ ਦਿੱਤੀਆਂ ਨੇ। ਔਰ ਇਹਦੇ ਨਾਲ ਨਾਲ ਖੁਸ਼ੀ ਦੀ ਇਹ ਗੱਲ ਹੈ ਕਿ ਬਹੁਤ ਸਾਰੇ ਲੋਕ ਬੇਲਰਸ ਦਾ ਉਹਨਾਂ ਦੀ ਵਰਤੋਂ ਕਰਦੇ ਨੇ, ਜਿਵੇਂ ਕਿੰਨੇ ਸਾਰੇ ਪਿੰਡਾਂ ਦੇ ਵਿੱਚ, ਸਪੈਸ਼ਲੀ ਜਿਹੜੇ ਇੱਥੇ ਲੋਕੇ ਦੇ ਨੇੜੇ ਤੇੜੇ ਦੇ ਪਿੰਡ ਨੇ, ਉੱਥੇ ਮੈਂ ਦੇਖਿਆ ਕਿ ਕਿੰਨੇ ਸਾਰੇ ਖੇਤਾਂ ਦੇ ਵਿੱਚ ਉਹ ਬੇਲਸ ਬਣਾਈਆਂ ਹੋਈਆਂ ਸੀ। ਉਹਦੇ ਮਿੱਲ ਜਿਹੜੀ ਹੈ ਸ਼ੂਗਰ ਮਿੱਲ, ਉਹਨਾਂ ਨੇ ਸਾਡੇ ਤੋਂ ਇਹ ਜਿਹੜਾ ਨਾੜ ਹੈ ਆਪਣੇ ਬਾਲਣ ਦੇ ਤੌਰ 'ਤੇ ਮੰਗਿਆ ਹੈ, ਤਾਂ ਉਹਦੇ ਨੇੜੇ ਤੇੜੇ ਦੇ ਪਿੰਡ ਸਾਰੇ ਜਿਹੜੇ ਨੇ ਉਹ ਉੱਥੇ ਇਸ ਰਹਿੰਦ ਖੂੰਹਦ ਨੂੰ। ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਾਣੇ ਆਪਣੇ ਆਪਣੇ ਖੇਤਾਂ ਵਿੱਚੋਂ ਇਸ ਦੀਆਂ ਬੇਲਸ ਬਣਾ ਕੇ ਸ਼ੂਗਰ ਮਿੱਲ ਵਾਲਿਆਂ ਨੂੰ ਦਈਏ, ਨਾ ਕਿ ਆਪਾਂ ਲਾ ਕੇ ਵਾਤਾਵਰਨ ਪਲੀਤ ਕਰੀਏ, ਔਰ ਜੀਆ ਜੰਤ, ਸਾਡੀ ਹਵਾ, ਸਾਰਿਆਂ ਜਾਂ ਇਨਸਾਨਾਂ ਦੀ ਸਿਹਤ ਲਈ, ਪਸ਼ੂਆਂ ਦੀ ਸਿਹਤ ਲਈ ਆਪਾਂ ਇਹ ਹਾਨੀਕਾਰਕ ਜੋ ਕੰਮ ਹੈ ਉਹ ਕਰੀਏ। ਇਹ ਹੋਏਗਾ ਕਿ ਬੇਲਸ ਬਣਾ ਕੇ ਅਸੀਂ ਉੱਥੇ ਲੋਕੇ ਜਿਹੜੀ ਫੈਕਟਰੀ ਹੈ ਰਾਣਾ ਸ਼ੂਗਰਸ ਦੀ, ਉਹਨਾਂ ਨੂੰ ਲੋੜ ਹੈ ਉੱਥੇ ਅਸੀਂ ਪਹੁੰਚ ਕਰ ਸਕਦੇ ਹਾਂ। ਇੱਥੇ ਕਈ ਸਾਰੀਆਂ ਬਿਮਾਰੀਆਂ ਹੋਰ ਵੀ ਫੈਲ ਜਾਂਦੀਆਂ ਜਿਵੇਂ ਡੇਂਗੀ, ਚਿਕਨਗੁਨੀਆ, ਤੋ ਉਹਨਾਂ ਤੋਂ ਸਾਵਧਾਨ ਰਹੀਏ। ਅਸੀਂ ਜਿੱਥੇ ਕਿਤੇ ਪਾਣੀ ਇਕੱਠਾ ਹੋ ਸਕਦਾ, ਮੱਛਰ ਦੇ ਪੈਦਾ ਹੋਣ ਦੀ ਗੁੰਜਾਇਸ਼ ਹੁੰਦੀ ਹੈ, ਉਹ ਨਾ ਹੋਣ ਦੀਏ। ਸਿਹਤ ਮਹਿਕਮੇ ਨੂੰ ਜਾਂ ਮਿਊਨਸਪੈਲਿਟੀਜ਼ ਨੂੰ ਕੰਟੈਕਟ ਕਰਕੇ ਆਪਾਂ ਆਪਣੇ ਏਰੀਆਜ਼ ਦੇ ਵਿੱਚ ਫੋਗਿੰਗ ਕਰਾਉਂਦੇ ਰਹੀਏ, ਅਤੇ ਪੂਰੀਆਂ ਬਾਹਾਂ ਦੀ ਕਮੀਜ਼ਾਂ ਪਾਈਏ, ਆਪਣੇ ਹੱਥ ਪੈਰ ਨੰਗੇ ਨਾ ਰੱਖੀਏ, ਕਿਉਂਕਿ ਮੱਛਰ ਦਿਨ ਵੇਲੇ ਲੜਦਾ ਹੈ ਅਤੇ ਲੜਦਾ ਵੀ ਆਪਣੇ ਨੰਗੇ ਹੱਥਾਂ ਪੈਰਾਂ 'ਤੇ ਆ। ਤੋ ਇਸ ਤੋਂ ਬਚਾ ਰੱਖੀਏ। ਦੁਆ ਹੈ ਕਿ ਤੁਸੀਂ ਸਾਰੇ ਜਾਣੇ ਤੰਦਰੁਸਤ ਰਹੋਗੇ, ਸਿਹਤਮੰਦ ਰਹੋਗੇ। ਥੈਂਕ ਯੂ।